ਕਿਤਾਬ ਦਾ ਨਾਂ ਪਤੀ ਵਰਦੀ ਮੈਮਾ ਪਤਨੀ ਵਰਦੀ ਸ਼ਾਨ ਸਾਡੇ ਇਤਿਹਾਸ ਵਿੱਚ ਮਨੁੱਖੀ ਵਿਕਾਸ ਦਾ ਸਫ਼ਰ ਬਹੁਤ ਹੀ ਦਿਲਚਸਪ ਹੈ ਮਨੁੱਖੀ ਜਾਤੀ ਦੇ ਵਿਕਾਸ ਵਿੱਚ ਸਾਡੀ ਭਾਰਤੀ ਸੱਭਿਆਚਾਰ ਜਿਸ ਨੂੰ ਦੇਵ ਸੰਸਕ੍ਰਿਤੀ ਵੀ ਕਿਹਾ ਜਾਂਦਾ ਹੈ ਦੀ ਭੂਮਿਕਾ ਅਭਿਸ਼ਵਾਸਯੋਗ ਰਹੀ ਹੈ ਲੇਖਕ ਪੰਡਿਤ ਸ਼੍ਰੀ ਰਾਮ ਸ਼ਰਮਾ ਆਚਾਰੀ ਜੀ ਇੱਕ ਰਤ ਅਤੇ ਇੱਕ ਆਦਮੀ ਆਪਣੇ ਜੀਵਨ ਸਫ਼ਰ ਵਿੱਚ ਇੱਕ ਦੂਜੇ ਦੇ ਪੂਰਕ ਕਿਵੇਂ ਹੁੰਦੇ ਹਨ ਸਾਡਾ ਸਮਾਜਿਕ ਢਾਂਚਾ ਆਦਮੀ ਨੂੰ ਬਾਹਰੀ ਤੇ ਇਕਪਾਲ ਕਰਨ ਲਈ ਕਹਿੰਦਾ ਹੈ ਜਦੋਂ ਕਿ ਰਤ ਅੰਦਰੂਨੀ ਕਰੇਲੂ ਮੋਰਚੇ ਦੀ ਅਗਵਾਈ ਕਰਦੀ ਹੈ ਬੱਚਿਆਂ ਤੇ ਕਰਦੀ ਤੇ ਇਕਪਾਲ ਕਰਦੀ ਹੈ ਦੋਵਾਂ ਦੇ ਰਾ ਦੀ ਇੱਕ ਦੂਜੇ ਪ੍ਰਤੀ ਸ਼ਰਧਾ ਅਤੇ ਸਤਿਕਾਰ ਅਤੇ ਇੱਕ ਦੂਜੇ ਦੇ ਵਿਹਾਵਤਾ ਜੀਵਨ ਵਿੱਚ ਇੱਕ ਸੁਰਤਾ ਅਤੇ ਆਨੰਦ ਲੈਂਦੇ ਹਨ ਲੜਾਈ ਝਗੜੇ ਨੂੰ ਘਟ ਕਰਨ ਲਈ ਪਤੀ ਪਤਨੀ ਨੂੰ ਹਰ ਸਮੇਂ ਇਸ ਇੱਕ ਦੂਜੇ ਪ੍ਰਤੀ ਸਹਿਣਸ਼ੀਲਤਾ ਰੱਖਣ ਦੀ ਜ਼ਰੂਰਤ ਹੁੰਦੀ ਹੈ ਇਹ ਕਿਤਾਬ ਪੇਸ਼ ਕਰਨਾ ਬਹੁਤ ਖੁਸ਼ੀ ਦੀ ਗੱਲ ਹੈ ਜੋ ਪਤੀ-ਪਤਨੀ ਦੀ ਇੱਕ ਦੂਜੇ ਪ੍ਰਤੀ ਸਮਰਪਣ ਦੀ ਮਹਾਨਤਾ ਅਤੇ ਗਰਭਾਰੇ ਦੱਸਦੀ ਹੈ ਇਸ ਸੰਖੇਪ 40 ਪੰਨੇ ਦੁਆਰਾ ਉਮੀਦ ਕੀਤੀ ਜਾਂਦੀ ਹੈ ਕਿ ਸਾਰੇ ਵਿਆਹ ਜੋੜੇ ਬਦੇਰੇ ਖੁਸ਼ਾਲ ਅਤੇ ਸੰਤੁਸ਼ਟ ਬਹੌਤ ਜੀਵਨ ਦਾ ਲਾਭ ਲੈ ਸਕਦੇ ਹਨ ਕਿਤਾਬ ਵਿੱਚ ਅਧਿਆਇ ਇੱਕ ਦੂਜੇ ਨੂੰ ਪਤੀ ਅਤੇ ਪਤਨੀ ਦੀ ਭਾਵਨਾ ਦੀ ਮਹਿਮਾ ਅਤੇ ਵਕਾਰ ਸ਼ਕਤੀ ਦਾ ਸਰੋਤ ਪਤੀ ਲਈ ਪਤਨੀ ਦਾ ਪਿਆਰ ਪਤਨੀ ਦੀ ਪਤੀ ਪ੍ਰਤੀ ਸ਼ਰਧਾ ਹੀ ਨਹੀਂ ਬਲਕਿ ਪਤੀ ਦੀ ਪਤਨੀ ਪ੍ਰਤੀ ਸ਼ਰਧਾ ਵੀ ਹੈ ਪਤੀ ਅਤੇ ਪਤਨੀ ਦੇ ਸ਼ਰਧਾ ਦੇ ਫਰਜ ਵੀ ਫਰਜ ਦੀ ਸਮਾਨਤਾ ਰਮਾਇਣ ਦੇ ਆਦਰਸ਼ ਜੋ ਪਤੀ ਅਤੇ ਪਤਨੀ ਦੋਵਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਪਤਨੀ ਪ੍ਰਤੀ ਪਤੀ ਦੀ ਜ਼ਿੰਮੇਵਾਰੀ ਕਿਤਾਬ ਦਾ ਅੰਸ਼ ਅਸੀਂ ਲੋਕਾਂ ਤੋਂ ਕਿਵੇਂ ਵਿਵਹਾਰ ਕਰਨ ਦੀ ਉਮੀਦ ਕਰਦੇ ਹਾਂ सानू पहला कम करना चाहता है अतः उसी तरह व्यवहार करना चाहिए है इसी तरह एक जोड़े का व्यवहार भी आपस में जुड़िया हुआ है यह उन्होंने रिश्ते का प्रतिबिंब है